ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਨੀਰਜ ਕੁਮਾਰ ਕਰੀਅਰ ਓਵਰਸੀਜ਼ ਤੋਂ। ਅੱਜ ਮੈਂ ਤੁਹਾਡੇ ਵਾਸਤੇ, ਜਿਵੇਂ ਪਿਛਲੀ ਵਾਰ ਦੋ ਤਿੰਨ ਦਿਨ ਪਹਿਲੇ ਮੈਂ ਦੱਸਿਆ ਸੀਗਾ, ਜਿਵੇਂ UK ਦਾ ਸਟੱਡੀ ਵੀਜ਼ਾ ਓਪਨ ਹੋਇਆ ਹੋਇਆ ਔਰ ਜ਼ਿਆਦਾ ਕੰਸਲਟੈਂਟਸ ਨੂੰ ਪਤਾ ਨਹੀਂ ਹੈ, ਬਟ ਮਾਰਚ ਤੋਂ ਤੁਸੀਂ ਐਡਵਰਟੀਜ਼ਮੈਂਟ ਦੇਖੋਗੇ, ਕੋਈ 10-12 ਮਾਰਚ ਤੋਂ ਸਾਰਿਆਂ ਨੇ ਐਡਵਰਟਾਈਜ਼ਮੈਂਟ ਸਟਾਰਟ ਕਰ ਦੇਣੀ ਹੈਗੀ ਹੈ। UK ਦੇ ਵਿੱਚ ਸਾਡੇ ਕੋਲੋਂ Tier 4 ਦੇ ਵਿੱਚ ਸਾਰੀਆਂ ਯੂਨੀਵਰਸਿਟੀਆਂ ਨੇ, ਕਾਲਜਿਸ ਨੇ, ਔਰ ਉਹਦੇ ਵਿੱਚ ਫੀਸ ਘੱਟ ਵਾਲੀ ਵੀ ਹੈ, ਵੱਧ ਵਾਲੀ ਵੀ ਹੈ, ਬਟ ਸਬਜੈਕਟ ਟੂ ਅਸੀਂ ਇਹ ਦੇਖਣਾ ਹੈਗਾ ਬਈ ਤੁਹਾਡੇ +2 ਚੋਂ ਕਿੰਨੇ % ਮਾਰਕਸ ਨੇ, ਜੇ ਗ੍ਰੈਜੂਏਸ਼ਨ ਕੀਤੀ ਹੈ ਤੇ ਕਿੰਨੇ % ਮਾਰਕਸ ਨੇ, ਆਈਲੈਟਸ ਕੀਤੀ ਹੈ ਜਾਂ ਨਹੀਂ ਕੀਤੀ। ਸਾਨੂੰ ਸਿਰਫ 60-65% ਮਾਰਕਸ ਨਾਲ ਤੁਸੀਂ ਵਿਦਆਊਟ ਆਈਲੈਟਸ UK ਅਪਲਾਈ ਕਰ ਸਕਦੇ ਹੋ। ਔਰ ਸਭ ਤੋਂ ਇੱਕ ਲੋਐਸਟ ਪੈਕੇਜ ਹੈ ਪੰਜਾਬ ਦਾ, 4,35,000 ਰੁਪਏ ਦੇ ਵਿੱਚ ਅਸੀਂ ਇਹ ਪੈਕੇਜ ਦੇ ਰਹੇ ਹੈਗੇ ਹਾਂ UK ਦਾ, ਜਿਹਦੇ ਵਿੱਚ ਕਾਲਜ ਦੀ ਫੀਸ ਵੀ ਹੈਗੀ ਹੈ, ਜਿਹਦੇ ਵਿੱਚ ਐਂ ਲਾ ਲਓ 25% ਯੂਨੀਵਰਸਿਟੀ ਦੀ ਫੀਸ ਜਾਣੀ ਹੈ, ਉਹ ਇੰਸ਼ੋਰੈਂਸ ਹੈਗਾ, ਅੰਬੈਸੀ ਫੀਸ ਹੈ, ਸਾਡੇ ਚਾਰਜਿਸ ਹੈਗੇ ਹੈ, ਸਾਰੀਆਂ ਚੀਜ਼ਾਂ ਬੱਚੇ ਦੇ ਅਕਾਊਂਟ 'ਚੋਂ ਜਾਣੀਆਂ, ਕੋਈ ਚੋਰੀ ਠੱਗੀ ਦਾ ਚੱਕਰ ਨਹੀਂ ਹੈਗਾ। ਕਰੀਅਰ ਓਵਰਸੀਜ਼ ਕੋਈ 10ਵੇਂ ਸਾਲ 'ਚ ਐਂਟਰ ਹੋ ਰਿਹਾ, ਕੋਈ 4,000 ਵੀਜ਼ਾ ਡਿਲੀਵਰ ਕਰ ਚੁੱਕਿਆ ਹੈਗਾ। UK ਦੇ ਸਟੱਡੀ ਵੀਜ਼ਾ ਵਾਸਤੇ ਬਹੁਤ ਇੱਕ ਹੋਰ ਅੱਛੀ ਖਬਰ ਹੈ ਸਪਾਊਸ ਦੇ ਲਈ, ਜਿਹੜੇ ਸਪਾਊਸ ਜਾਣਾ ਚਾਹੁੰਦੇ ਨੇ, ਪਹਿਲੇ ਉਹਨਾਂ ਦਾ ਮੇਨ ਐਪਲੀਕੈਂਟ ਜਾਏਗਾ, ਮੇਨ ਐਪਲੀਕੈਂਟ ਦੇ ਨਾਲ ਉਹ 3 ਜਾਂ 4 ਮਹੀਨੇ ਬਾਅਦ ਡਿਪੈਂਡੈਂਟ ਵੀਜ਼ਾ 'ਤੇ ਜਾ ਸਕਦਾ ਹੈਗਾ UK ਸਟੱਡੀ ਵੀਜ਼ਾ 'ਤੇ। ਉਹ ਰਹਿੰਦੇ ਵਿੱਚ ਜਿਹੜੀਆਂ ਐਂ ਲਗਾ ਲਓ, ਜੇ ਸਾਲ ਦੀ ਫੀਸ ਤੁਸੀਂ ਦੇਣੀ ਹੈ ਤਾਂ ਕੋਈ 6,000 ਤੋਂ 7,000 ਪਾਉਂਡ ਫੀਸ ਹੈਗੀ ਹੈ, ਜਿਹੜੀ ਪਹਿਲੇ ਜਾਣੀ ਹੈਗੀ ਹੈ। ਇਹ ਅਲੱਗ ਅਲੱਗ ਤਰ੍ਹਾਂ ਦੀਆਂ ਸਾਡੇ ਕੋਲ ਸਕੀਮਾਂ ਨੇ। ਜਿਹੜੀ ਪਹਿਲਾ ਪੈਕੇਜ ਹੈ ਸਾਡਾ UK ਦਾ ਸਟੱਡੀ ਵੀਜ਼ਾ ਦਾ, 4,35,000 ਦਾ, ਇਹਦੇ ਵਿੱਚ ਸਾਰੀ ਡਿਟੇਲ ਵਾਸਤੇ ਤੁਸੀਂ ਜਿੰਨਾ ਜਲਦੀ ਹੋ ਸਕੇ ਆ ਕੇ ਮਿਲ ਸਕਦੇ ਹੈਗੇ ਹੋ। ਸਿੰਗਾਪੁਰ ਦੇ ਜਿਹੜੇ ਆਪਣੇ ਬੱਚੇ ਸਟੱਡੀ ਵੀਜ਼ਾ 'ਤੇ ਜਾਣਾ ਚਾਹੁੰਦੇ ਨੇ, ਜਿਹੜੇ 10th ਪਾਸ ਨੇ ਜਾਂ 18 ਤੋਂ 35 ਸਾਲ ਦੀ ਏਜ ਹੈ, ਕੋਈ ਇੰਟਰਨੈਸ਼ਨਲ ਐਕਸਪੋਜ਼ਰ ਲੈਣਾ ਚਾਹੁੰਦੇ ਨੇ, ਇੱਥੇ ਲਾਈਫ 'ਚ ਸੈੱਟ ਨਹੀਂ ਹੈਗੇ, ਅਤੇ ਉਹ ਸਿੰਗਾਪੁਰ ਸਟੱਡੀ ਵੀਜ਼ਾ 'ਤੇ ਸਟੱਡੀ ਐਂਡ ਵਰਕ 6 ਮਹੀਨੇ ਪੜ੍ਹਾਈ, 6 ਮਹੀਨੇ ਕਮਾਈ 'ਤੇ ਜਾ ਸਕਦੇ ਨੇ। ਸਾਡੇ ਕੋਲ ਪੈਕੇਜ ਹੈ 3,00,000 ਰੁਪਏ ਤੋਂ ਲੈ ਕੇ 4,00,000 ਰੁਪਏ ਤੱਕ। ਜੇ ਕੋਈ ਵੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ, ਚਾਹੇ ਸਟੱਡੀ ਵੀਜ਼ਾ ਲਈ, ਚਾਹੇ PR ਲਈ, ਅਤੇ ਚਾਹੇ ਟੂਰਿਸਟ ਵੀਜ਼ਾ ਲਈ, ਇੱਕ ਵਾਰ ਸਹੀ ਅਤੇ ਸੱਚੀ ਸਲਾਹ ਚੰਡੀਗੜ੍ਹ ਸਾਡੇ 17 ਸੈਕਟਰ ਔਫਿਸ ਆ ਕੇ ਮਿਲਿਆ ਜੇ, ਟਰੱਸਟ ਦੇ ਨਾਲ, ਓਰੀਜਨਲ ਡਾਕੂਮੈਂਟ ਦੇ ਨਾਲ, ਔਰ ਆਪਦੇ ਕਿਸੇ ਵੱਡੇ ਪੇਰੈਂਟਸ ਜਾਂ ਕਿਸੇ ਗਾਰਡੀਅਨ ਦੇ ਨਾਲ। ਇਹ ਅਸੀਂ ਕਿਉਂ ਕਹਿੰਦੇ ਹੈਗੇ ਹਾਂ, ਹੁੰਦਾ ਕੀ ਹੈਗਾ, ਅੱਜ ਕੱਲ੍ਹ ਜਿੰਨੀ ਐਡਵਰਟੀਜ਼ਮੈਂਟ ਆ ਰਹੀ ਹੈ, ਚਾਹੇ ਉਹ ਨੈੱਟ 'ਤੇ ਆ ਰਹੀ ਹੈ, ਚਾਹੇ ਨਿਊਜ਼ਪੇਪਰ 'ਚ ਆ ਰਹੀ ਹੈ, ਚਾਹੇ TV 'ਤੇ, ਕਾਫੀ ਫੇਕ ਇਨਫੋਰਮੇਸ਼ਨ ਵੀ ਆਉਂਦੀ ਹੈਗੀ ਹੈ, ਜਿਹਦੇ ਕਰਕੇ ਸਾਡੇ ਜਿਹੜੇ ਇਨੋਸੈਂਟ ਪੀਪਲ ਨੇ ਉਹ ਵਿਚਾਰੇ ਅਪਲਾਈ ਕਰਦੇ ਨੇ, ਔਰ ਕੱਲ੍ਹ ਨੂੰ 6 ਮਹੀਨੇ ਜਾਂ ਸਾਲ ਬਾਅਦ ਉਹਨਾਂ ਨੂੰ ਪਤਾ ਲੱਗਦਾ ਮੇਰਾ ਰਿਜੈਕਟ ਹੋ ਗਿਆ। ਐਵੇਂ ਦੀਆਂ ਚੀਜ਼ਾਂ ਤੁਹਾਡੇ ਨਾਲ ਨਾ ਹੋਣ। ਅਸੀਂ 10ਵੇਂ ਸਾਲ 'ਚ ਐਂਟਰ ਕਰ ਗਏ ਹੈਗੇ ਹਾਂ। ਕਰੀਅਰ ਓਵਰਸੀਜ਼ 2019 ਤੋਂ ਸਟਾਰਟ ਹੋਇਆ, 2009 ਤੋਂ ਸਟਾਰਟ ਹੋਇਆ ਸੀ, ਮਾਫ਼ ਕਰਨਾ। ਜੇ ਤੁਸੀਂ ਸਟੱਡੀ ਵੀਜ਼ਾ ਲਈ ਆਸਟ੍ਰੇਲੀਆ ਜਾਂ ਕੈਨੇਡਾ ਜਾਣਾ, 6 ਜਾਂ 6.5 ਮਿੰਟ ਨਾਲ ਅਪਲਾਈ ਕਰੋ। ਔਰ ਇੱਕ ਮੇਰੀ ਹੋਰ, ਅਸੀਂ ਜਿਵੇਂ ਮੈਨੂੰ ਵੱਖ ਵੱਖ ਚੈਨਲਾਂ ਤੋਂ ਮੈਂ ਆਉਂਦਾ ਰਹਿੰਦਾ ਹੈਗਾ, ਫਾਸਟ ਵੇ ਨਿਊਜ਼ ਹੈ, ਚੜ੍ਹਦੀ ਕਲਾ ਹੈਗਾ ਜਿਹਦੇ ਵਿੱਚ MH1 ਹੈ, DD ਪੰਜਾਬੀ ਹੈ, ਇਹ ਸਾਰੇ ਚੈਨਲਾਂ 'ਤੇ ਆਉਣ ਦਾ ਸਾਡਾ ਮਕਸਦ ਹੈ, ਉਹ ਸਾਨੂੰ ਤਾਂ ਸੱਦਾ ਦਿੰਦੇ ਹੈਗੇ ਹੈ, ਸਾਡਾ ਐਕਸਪੀਰੀਅੰਸ ਇੰਨਾ ਹੋ ਚੁੱਕਿਆ ਹੈ ਬਈ ਕੱਲ੍ਹ ਨੂੰ ਇਹ ਐਕਸਪੀਰੀਅੰਸ ਦਾ ਤੁਸੀਂ ਵਾਧਾ ਲਓ, ਔਰ ਕਿਸੇ ਵੀ ਸੱਜਣ ਨਾਲ, ਕਿਸੇ ਵੀ ਸਾਡੇ ਦਰਸ਼ਕ ਨਾਲ ਜਾਂ ਜਿਹੜੇ ਸਾਡੇ 'ਤੇ ਟਰੱਸਟ ਕਰਦੇ ਹੈ ਉਹਨਾਂ ਨਾਲ ਕੋਈ ਧੋਖਾ ਨਾ ਹੋ ਸਕੇ। ਇਸ ਕਰਕੇ ਚਾਹੇ ਆਸਟ੍ਰੇਲੀਆ ਜਾਣਾ, ਨਿਊਜ਼ੀਲੈਂਡ ਜਾਣਾ, ਕੋਈ ਵੀ ਕੰਟਰੀ ਅਪਲਾਈ ਕਰਨਾ, ਇੱਕ ਵਾਰ ਸਾਨੂੰ ਵਿਜ਼ਿਟ ਜ਼ਰੂਰ ਕਰਿਆ ਜੇ, ਡਿਫਰੈਂਸ ਫੀਲ ਹੋ ਜਾਊਗਾ। ਔਰ UK ਦੇ ਖਾਸ ਕਰ ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ, +2 ਪਾਸ ਨੇ ਜਾਂ ਗ੍ਰੈਜੂਏਟ ਨੇ, 60 ਜਾਂ 65% ਮਾਰਕਸ ਨੇ, ਉਹ UK ਲਈ ਅਪਲਾਈ ਕਰ ਸਕਦੇ ਨੇ। ਔਰ ਹੁਣ ਤਾਂ ਮੈਨੂੰ ਇਜਾਜ਼ਤ ਦਿਓ, ਅਗਲੀ ਵਾਰ ਮੈਂ ਤੁਹਾਡੇ ਵਾਸਤੇ ਕੁਝ ਨਵਾਂ ਲੈ ਕੇ ਆਵਾਂਗਾ। ਔਰ ਖਾਸ ਕਰ ਮੈਂ ਜਾਂਦੇ ਜਾਂਦੇ ਇੱਕ ਹੋਰ ਗੱਲ ਦੱਸਣਾ ਚਾਹਾਂਗਾ, ਜਿਨ੍ਹਾਂ ਨੇ PR ਦਾ ਸੋਚਿਆ ਨਾ, ਕੈਨੇਡਾ ਦੀ PR ਦੇ ਲਈ, ਚਾਹੇ ਉਹਨਾਂ ਨੇ ਕਿੱਥੋਂ ਕੌਂਸਲਿੰਗ ਲਈ ਸੀ ਜਾਂ ਨਹੀਂ ਲਈ ਜਾਂ ਸੋਚ ਰਹੇ ਨੇ, ਤੇ ਇੱਕ ਵਾਰ ਤੁਸੀਂ ਸਾਡੇ ਕੋਲ ਵਿਜ਼ਿਟ ਜ਼ਰੂਰ ਕਰਿਆ ਜੇ। ਅਸੀਂ ਤੁਹਾਨੂੰ ਹਰ ਚੀਜ਼ ਦੀ ਜਿਹੜੀ ਤੁਹਾਡੀ ਕਮੀ ਪੇਸ਼ੀ ਹੈ ਉਹ ਦੱਸ ਕੇ ਉਹਦੇ ਵਾਸਤੇ ਤੁਹਾਨੂੰ ਅਸੀਂ ਕੁਝ ਕੌਂਸਲਿੰਗ ਲਗਾ ਲਓ ਜਾਂ ਥੋੜ੍ਹੀ ਜਿਹੀ ਐਕਸਰਸਾਈਜ਼ ਲਗਾ ਲਓ ਜਾਂ ਤੁਸੀਂ ਆਪਦਾ ਜਿਹੜਾ WS ਸਕੋਰ ਕਿੱਦਾਂ ਹਾਈ ਕਰ ਸਕਦੇ ਹੋ, ਇਹ ਸਾਰੀਆਂ ਚੀਜ਼ਾਂ ਵਾਸਤੇ ਦੱਸਾਂਗੇ, ਨਾ ਕਿ ਤੁਹਾਨੂੰ ਰਜਿਸਟਰਡ ਕਰਾਂਗੇ। ਜੇ ਤੁਸੀਂ ਵਾਕਈ ਹੀ PR ਲਈ ਸੋਚ ਰਹੇ ਹੋ, ਟੂਰਿਸਟ ਵੀਜ਼ਾ ਲਈ ਸੋਚ ਰਹੇ ਹੋ ਜਾਂ ਸਟੱਡੀ ਵੀਜ਼ਾ ਲਈ ਸੋਚ ਰਹੇ ਹੋ ਜਾਂ ਤੁਹਾਡੀ ਰਿਜੈਕਸ਼ਨ ਹੈ, ਤੇ ਇੱਕ ਵਾਰ ਸਾਨੂੰ ਆ ਕੇ ਕਰੀਅਰ ਓਵਰਸੀਜ਼ ਚੰਡੀਗੜ੍ਹ ਸਹੀ ਤੇ ਸੱਚੀ ਸਲਾਹ ਸੈਕਟਰ 17D 'ਚ ਮਿਲਿਆ ਜੇ। ਅਸੀਂ, ਸਾਡੀ ਟੀਮ ਤੁਹਾਡੀ ਵੇਟ ਕਰ ਰਹੀ ਹੈਗੀ ਹੈ। ਜੋ ਵੀ ਕੁਝ ਤੁਸੀਂ ਪੁੱਛਣਾ ਹੈਗਾ, ਕੋਈ ਵੀ ਮਨ ਸਵਾਲ ਹੈਗਾ, ਅਸੀਂ ਤੁਹਾਡੇ ਵਾਸਤੇ 10 ਵਜੇ ਤੋਂ ਲੈ ਕੇ 6 ਵਜੇ ਤੱਕ ਓਪਨ ਹੈਗੇ ਹਾਂ। ਸਾਡੇ ਵਟਸਐਪ 'ਤੇ, ਸਾਡੇ ਫੇਸਬੁੱਕ 'ਤੇ ਜਾਂ ਤੁਸੀਂ ਸਾਡਾ ਜਿਹੜਾ ਯੂਟਿਊਬ ਚੈਨਲ ਹੈ, ਯੂਟਿਊਬ ਚੈਨਲ 'ਤੇ ਸਾਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ। ਤਦ ਤੱਕ ਲਈ ਦਿਓ ਮੈਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ।